6% का वाधा होगा। पंजाब के वित्तीय हालात लगातार सुधर रहे हैं और सारे जिन्हें वादे जिन्हें कमिटमेंट अरविंद केजरीवाल जी ने सरदार भगवंत सिंह मान जी ने माननीय मुख्यमंत्री साहब ने की सारियां पूरी हो रही महिला बहुत जल्दी जो जी सारियां लगभग गारंटियां पूरी होगी गारंटी रहेगी बड़ी जल्दी पूरी हो जाएगी। 84 के दंगे को लेकर जो बीजेपी ने मांग की है जनतक किए जाने पहला किस तरह देख रहे देश के बीजेपी की सरकार आ केंद्र की सरकार की है किनू पुछ रही है बीजेपी यदा मतलब बीजेपी जी दोगली राजनीति कर रही है उनकी सरकार आ गई क्यों नहीं कर रही जनतक ਇਹਦਾ ਮਤਲਬ ਕਿ ਬੀਜੇਪੀ ਜਿਹੜੀ ਹੈ ਦੋਗਲੀ ਰਾਜਨੀਤੀ ਕਰ ਰਹੀ ਹੈ। ਇਹਦੇ ਬਾਅਦ ਜਿਹੜਾ ਪ੍ਰਫੁੱਲਿਤ ਹੋ ਰਿਹਾ ਕਿਵੇਂ ਜੱਜ ਕਰਦੇ ਵਿਰੋਧੀ ਪਾਰਟੀ ਕਹਿੰਦੀ ਹੈ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਹੈ। ਦੇਖੋ ਪੰਜਾਬ ਦਾ ਮਾਹੌਲ ਬਿਲਕੁਲ ਠੀਕ ਆ ਸੁਰੱਖਿਆ ਬਣਾ ਕੇ ਰੱਖਣੀ ਸਾਡੀ ਜ਼ਿੰਮੇਵਾਰੀ ਆ ਔਰ ਸੁਰੱਖਿਆ ਬਣਾ ਕੇ ਰੱਖਣਾ। ਅਮਨਪਾਲ ਸਿੰਘ ਨੂੰ ਲੈ ਕੇ ਜਿਸ ਤਰ੍ਹਾਂ ਪੰਜਾਬ ਹੋ ਗਿਆ ਜੀ ਬਸ ਥੈਂਕ ਯੂ। 4 ਰੁਪਏ ਕਦੋਂ ਆ ਰਹੀ ਮਹਿਲਾਵਾਂ ਨੂੰ ਜਿਹੜਾ ਬਹੁਤ ਜਲਦੀ ਜਦੋਂ ਜਿਹੜੀਆਂ ਸਾਰੀਆਂ ਲਗਭਗ ਗਾਰੰਟੀਆਂ ਪੂਰੀਆਂ ਹੋਣ ਗਾਰੰਟੀ ਰਹੇਗੀ ਬੜੀ ਜਲਦੀ ਪੂਰੀ ਹੋ ਜਾਏ। ਦੇਖੋ ਪੰਜਾਬ ਦੇ ਵਿੱਤੀ ਹਾਲਾਤ ਲਗਾਤਾਰ ਸੁਧਰ ਰਹੇ ਨੇ ਪੰਜਾਬ ਦਾ ਜੀਐਸਟੀ ਦਾ ਮਾਲੀਆ ਉਹਦੇ ਵਿੱਚ ਵੱਡੀ ਜਿਹੜੀ ਆ ਵਾਧਾ ਹੋਇਆਗਾ ਇਸੇ ਤਰ੍ਹਾਂ ਨਵੀਂ ਐਕਸਾਈਜ਼ ਦੀ ਪਾਲਿਸੀ ਆਉਣ ਦੇ ਕਾਰਨ ਉਹਦੇ 'ਚ ਵਾਧਾ ਹੋਇਆਗਾ ਸੋ ਲਗਾਤਾਰ GST ਦੀ ਮੈਂ ਗੱਲ ਕਰਾਂ 23% ਦਾ ਵਾਧਾ ਹੋਇਆਗਾ 6 ਮਹੀਨਿਆਂ ਦੇ ਵਿੱਚ ਔਰ ਜੇ ਮੈਂ ਐਕਸਾਈਜ਼ ਦੀ ਗੱਲ ਕਰਾਂ ਤਾਂ 38% ਦਾ ਵਾਧਾ ਹੋਇਆਗਾ ਪੰਜਾਬ ਦੇ ਵਿੱਤੀ ਹਾਲਾਤ ਲਗਾਤਾਰ ਸੁਧਰ ਰਹੇ ਨੇਗੇ ਔਰ ਸਾਰੇ ਜਿੰਨੀਆਂ ਵਾਅਦੇ ਜਿੰਨੀਆਂ ਕਮਿਟਮੈਂਟ ਅਰਵਿੰਦ ਕੇਜਰੀਵਾਲ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੀਤੀਆਂ ਉਹ ਸਾਰੀਆਂ ਪੂਰੀਆਂ ਹੋ ਰਹੀਆਂ। 1000 ਰੁਪਏ ਕਦੋਂ ਆ ਰਹੀ ਮਹਿਲਾਵਾਂ ਨੂੰ ਜਿਹੜਾ ਬਹੁਤ ਜਲਦੀ ਜਦੋਂ ਜਿਹੜੀਆਂ ਸਾਰੀਆਂ ਲਗਭਗ ਗਾਰੰਟੀਆਂ ਪੂਰੀਆਂ ਹੋਣ ਗਾਰੰਟੀ ਰਹੇਗੀ ਬੜੀ ਜਲਦੀ ਪੂਰੀ ਹੋ ਜਾਏ। ਜਿਹੜਾ 84 ਦੇ ਦੰਗੇ ਨੂੰ ਲੈ ਕੇ ਜਿਹੜਾ ਬੀਜੇਪੀ ਨੇ ਮੰਗ ਕੀਤੀ ਹੈ ਵੀ ਉਹ ਜਨਤਕ ਕੀਤੇ ਜਾਣ ਪਹਿਲਾਂ ਕਿਸ ਤਰ੍ਹਾਂ ਦੇਖਦੇ ਦੇਸ਼ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਕੇਂਦਰ ਦੀ ਸਰਕਾਰ ਕੀ ਦੀ ਹੈਗੀ ਕਿਹਨੂੰ ਪੁੱਛ ਰਹੀ ਹੈ ਬੀਜੇਪੀ ਇਹਦਾ ਮਤਲਬ ਬੀਜੇਪੀ ਜਿਹੜੀ ਆ ਦੋਗਲੀ ਰਾਜਨੀਤੀ ਕਰ ਰਹੀ ਆ ਉਹਦੀ ਸਰਕਾਰ ਆ ਗਈ ਉਹ ਕਿਉਂ ਨਹੀਂ ਕਰ ਰਹੀ ਜਨਤਕ ਇਹਦਾ ਮਤਲਬ ਕਿ ਬੀਜੇਪੀ ਜਿਹੜੀ ਆ ਦੋਗਲੀ ਰਾਜਨੀਤੀ ਕਰ ਰਹੀ ਹੈ। ਇਹਦੇ ਬਾਅਦ ਜਿਹੜਾ ਪ੍ਰਫੁੱਲਿਤ ਹੋ ਰਿਹਾ ਕਿਵੇਂ ਜੱਜ ਕਰਦੇ ਵਿਰੋਧੀ ਪਾਰਟੀ ਕਹਿੰਦੀ ਹੈ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਹੈ। ਦੇਖੋ ਪੰਜਾਬ ਦਾ ਮਾਹੌਲ ਬਿਲਕੁਲ ਠੀਕ ਆ ਸੁਰੱਖਿਆ ਬਣਾ ਕੇ ਰੱਖਣੀ ਸਾਡੀ ਜ਼ਿੰਮੇਵਾਰੀ ਆ ਔਰ ਸੁਰੱਖਿਆ ਬਣਾ ਕੇ ਰੱਖਣਾ। ਅਮਨਪਾਲ ਸਿੰਘ ਨੂੰ ਲੈ ਕੇ ਕਿਸ ਤਰ੍ਹਾਂ ਪੰਜਾਬ ਹੋ ਗਿਆ ਜੀ ਬਸ ਥੈਂਕ ਯੂ।